ਸਤਿ ਸ਼੍ਰੀ ਅਕਾਲ ਜੀ, ਰਾਧੇ ਰਾਧੇ। ਮੈਂ ਜੱਟ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ, ਹੈ ਨਾ। ਮੇਰੇ ਬੱਚੇ ਲੱਡੂ ਗੋਪਾਲ ਨੂੰ ਬਹੁਤ ਪਿਆਰ ਕਰਦੇ ਆ। ਪਹਿਲੇ ਮੇਰੇ ਕੋਲ 2 ਲੱਡੂ ਗੋਪਾਲ ਪਹਿਲੀ ਨੇ, ਤਾਂ ਕਾਫੀ ਦਿਨਾਂ ਤੋਂ ਅਸੀਂ ਇਹ ਵੀਡੀਓ ਦੇਖ ਰਹੇ ਸੀ ਕਿ ਅਸੀਂ ਲੱਡੂ ਗੋਪਾਲ ਇੰਨੇ ਵੱਡੇ ਲੈ ਕੇ ਆਉਣੇ ਆ, ਸਾਡੇ ਦਿਲ 'ਚ ਸੀ, ਹੈ ਨਾ। ਫਿਰ ਅਸੀਂ ਬਹੁਤ ਜਗ੍ਹਾ ਟਰਾਈ ਮਾਰੀ, ਬਹੁਤ ਦੂਰ ਦੂਰ ਤੱਕ, ਯਾਨੀ ਇੰਸਟਾ ਤੇ ਗੂਗਲ ਤੇ ਬਹੁਤ ਜ਼ਿਆਦਾ ਦੁਖੀ ਹੋ ਕੇ ਕਿ ਹਾਏ ਸਾਨੂੰ ਨਜ਼ਦੀਕ ਤੋਂ ਮਿਲ ਜਾਣ, ਹੈ ਨਾ, ਤਾਂ ਕਿਤੋਂ ਵੀ ਨਹੀਂ ਮਿਲੇ। ਜਿਵੇਂ ਸਾਡੇ ਨੇੜੇ ਸਾਨੂੰ ਫਤਿਹਾਬਾਦ ਲੱਗਦਾ, ਹਿਸਾਰ ਲੱਗਦਾ, ਸਿਰਸਾ ਲੱਗਦਾ, ਕਿਤੋਂ ਵੀ ਅਵੇਲੇਬਲ ਨਹੀਂ ਹੋਇਆ ਲੱਡੂ ਸਾਨੂੰ, ਹੈ ਨਾ। ਫਿਰ ਇੱਕ ਦਿਨ ਅਸੀਂ ਕੱਲ ਸ਼ਾਮ ਨੂੰ ਮੈਂ ਮੇਰੀ ਸਿਸਟਰ ਨਾਲ ਬੈਠੀ ਸੀ ਔਰ ਮੇਰੀ ਬੇਟੀ ਬੈਠੀ ਸੀ, ਤਾਂ ਮੇਰੀ ਬੇਟੀ ਨੇ ਫਤਿਹਾਬਾਦ ਦੀ ਕੋਈ ਅਸੀਂ ਇੰਸਟਾ ਤੇ ਵੀਡੀਓ ਦੇਖੀ ਔਰ ਅਸੀਂ ਸੰਪਰਕ ਕੀਤਾ, ਔਰ ਸਾਨੂੰ ਨਹੀਂ ਪਤਾ ਸੀ ਸਾਡਾ ਲੱਡੂ ਇੰਨਾ ਨਜ਼ਦੀਕ ਬੈਠਾ, ਉਹ ਵੀ ਟੋਹਾਣੇ, ਔਰ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਔਰ ਦੇਵ ਲਾਲਾ ਕਲੈਕਸ਼ਨ ਵਾਲਿਆਂ ਨੇ ਸਾਨੂੰ ਬਹੁਤ ਵਧੀਆ ਡੀਲ ਕੀਤਾ। ਔਰ ਮੈਂ ਇਹੀ ਕਹਿੰਦੀ ਹਾਂ, ਤੁਸੀਂ ਉਹਨਾਂ ਦੀ ID ਦੇਖ ਕੇ ਔਰ ਉਹਨਾਂ ਤੱਕ ਡਾਇਰੈਕਟ ਪਹੁੰਚੋ, ਕਿਉਂਕਿ ਕੋਈ ਵੀ ਸਹੀ ਨਹੀਂ ਡੀਲ ਕਰਦਾ ਔਰ ਉਹ ਬਹੁਤ ਵਧੀਆ ਨੇ। ਔਰ ਮੇਰੇ 3 ਬੇਟੇ ਹੋ ਗਏ ਆ, ਇੱਕ ਇਹ ਲੱਡੂ, ਇੱਕ ਸੈਕਿੰਡ ਇਹ ਥਰਡ ਲੱਡੂ, ਔਰ ਸਾਰੀ ਜ਼ਿੰਦਗੀ ਉਹ ਸਾਡੇ ਵਰਗਿਆਂ ਦੀ ਮਦਦ ਕਰਦੇ ਰਹਿਣ ਔਰ ਸਾਨੂੰ ਇੰਨੇ ਪਿਆਰੇ ਪਿਆਰੇ ਲੱਡੂ ਗੋਪਾਲ ਦਿੰਦੇ ਰਹਿਣ, ਔਰ ਉਹਨਾਂ ਦਾ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਕੰਮ ਚੱਲਦਾ ਰਹੇ। ਮੈਂ ਉਹਨਾਂ ਦੀ ਬਹੁਤ ਵੱਡੀ ਆਭਾਰੀ ਹਾਂ। ਥੈਂਕ ਯੂ ਸੋ